ਅੰਮ੍ਰਿਤਸਰ ਦੀ ਸਦਰ ਪੁਲਿਸ ਨੇ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਮਿਲਣ ਤੇ ਪੁਲਿਸ ਜਦੋਂ ਬਾਈਪਾਸ ਪਹੁੰਚੀ ਤਾਂ ਫਿਰ ਦੇਖਿਆ ਗਿਆ ਕਿ ਉੱਥੇ ਟ੍ਰੈਫਿਕ ਜਾਮ ਸੀ ਤੇ ਸਾਗਰ ਨਾਮ ਦਾ ਨੌਜਵਾਨ ਸ਼ਰਾਬ ਪੀਣ ਦੇ ਹੰਗਾਮਾ ਕਰ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਸ਼ਰਾਬੀ ਨੌਜਵਾਨ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਜਿਹੜੀ ਹੈ ਪਾੜ ਦਿੱਤੀ ਹੈ। ਇਸ ਤੋਂ ਬਾਅਦ ਜਿਹੜਾ ਹੈ ਮਾਮਲਾ ਦਰਜ ਕਰਕੇ ਅਗਰੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਾਮੀ ਟੀਸ਼ਰ ਵਾਲਿਆਂ ਨੂੰ ਇੱਕ 112 ਤੋਂ ਕੰਪਲੇਂਟ ਗਈ ਸੀ ਕਿ ਬਿਛਾ ਰੋਡ ਬਾਈਪਾਸ 'ਤੇ ਕਾਫੀ ਜਾਮ ਲੱਗਾ ਅਤੇ ਔਰ ਇੱਕ ਲੜਕਾ ਜਿਹੜਾ ਵਾ ਉਹ ਕਾਫੀ ਉੱਥੇ ਲੋਕਾਂ ਨੂੰ ਗਾਲੀ ਗਲੋਚ ਕਰ ਰਿਹਾ ਔਰ ਟ੍ਰੈਫਿਕ ਦੀ ਵੀ ਪਾ ਰਿਹਾ ਹੈ। ਜਿਸ ਦੇ ਜੇ ਉਹ ਸ਼ਿਕਾਇਤ ਪਾ ਕੇ ਜਿਹੜੇ ਪੀਸਰ ਵਾਲੇ ਕਰਮਚਾਰੀ ਜਿਹੜੇ ਉੱਥੇ ਮੌਕੇ 'ਤੇ ਪੁੱਜੇ ਸੀ। ਵਕਤ ਕਰੀਬ 8:30 ਦਾ ਹੋਏਗਾ ਕਿ ਉਹਨਾਂ ਕਰਮਚਾਰੀਆਂ ਨੂੰ ਇਸ ਸਾਜਾ ਨਾਮ ਦਾ ਲੜਕਾ ਵਾਸੀ ਪਿੰਡ ਤੀਜਾ ਵੀ ਲੱਗਦਾ ਇਹਨਾਂ ਨਾਲ ਕਾਫੀ ਮਤਲਬ ਕਿ ਜਦੋਂ ਜਦ ਕੀਤੀ ਤਾਂ ਵੀ ਨਹੀਂ ਹਟਿਆ ਔਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਨਾਂ ਅੱਗੋਂ ਗਾਲੀ ਗਲੋਚ ਕੀਤਾ ਔਰ ਇਹਨਾਂ ਮੁਲਾਜ਼ਮਾਂ ਦੇ ਨਾਲ ਮਜ਼ਾਮਤ ਕੀਤੀ। ਜਿਸ ਦੇ ਆਧਾਰ 'ਤੇ SI ਗੁਰਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਬਾਅਦ ਵਿੱਚ ਇਹਦਾ ਡਾਕਟਰੀ ਮੁਲਾਜ਼ਾ ਵੀ ਕਰਾਇਆ। ਇਹ ਸ਼ਰਾਬ ਪੀਤੀ ਹੋਈ ਸੀ ਔਰ ਮੁਲਾਜ਼ਮਾਂ ਨਾਲ ਇਹ ਬਹੁਤ ਬੁਰਾ ਵਿਹਾਰ ਕਰ ਰਿਹਾ ਸੀ ਔਰ ਮੁਲਾਜ਼ਮਾਂ ਦੀ ਵਰਦੀ ਤੱਕ ਮਤਲਬ ਕਿ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਦੇ ਖਿਲਾਫ਼ ਜਿਹੜਾ ਮੁਕਦਮਾ ਨੰਬਰ 171 ਜਿਹੜਾ ਵਾ ਅਧੀਨ ਧਾਰਾ 121 132 ਔਰ 296 BNS ਦਰਜ ਕੀਤਾ ਗਿਆ ਜੀ। ਉਹਦੀ ਗ੍ਰਿਫਤਾਰੀ ਪਾ ਲਈ ਗਈ ਹੈ ਜਿਹਨੂੰ ਪੇਸ਼ਦਾਤ ਕੀਤਾ ਜਾਵੇਗਾ। ਹਾਂਜੀ ਹਾਂਜੀ ਕਾਫੀ ਨਸ਼ੇ ਦੀ ਹਾਲਤ ਵਿੱਚ ਹੀ ਬਾਅਦ ਵਿੱਚ ਮੈਡੀਕਲ ਵੀ ਕਰਾਇਆ। ਮੈਡੀਕਲ ਕਰਦੇ ਦੌਰਾਨ ਡਾਕਟਰ ਨੂੰ ਵੀ ਇਹਨੇ ਕਾਫੀ ਮਤਲਬ ਕਿ ਮਿਸਬਿਹੇਵ ਕੀਤਾ। ਉਹਨਾਂ ਨੇ ਆਪਣੇ ਮੈਡੀਕਲ ਦੇ ਵਿੱਚ ਰਿਪੋਰਟ ਵਿੱਚ ਇਹਨੇ ਮਿਸਬਿਹੇਵ ਪਲੱਸ ਡਰੱਗ ਮਿਸਕੰਡਕਟ ਲਿਖਿਆ। ਮਜੀਠਾ ਰੋਡ 'ਤੇ ਵੈਲ ਨਾਮ ਦੀ ਫੈਕਟਰੀ ਹੈ ਉਹਦੇ ਵਿੱਚ ਕੰਮ ਕਰਦਾ। SI 27 ਸਾਲ ਦੀ ਉਮਰ ਹੈ ਜੀ। ਇਹੋ ਹੀ ਮੁਕਦਮਾ ਨੰਬਰ 171/24 ਅੰਡਰ ਸੈਕਸ਼ਨ 121 132 ਔਰ 296 BNS ਤਹਿਤ ਵਰਤਦਾ ਜੀ। ਇਕੱਲਾ ਹੀ ਰਿਮਾਂਡ ਲਈ ਕਿਤੇ ਕੋਸ਼ਿਸ਼ ਕੀਤੀ ਜਾਊਗੀ ਵੀ ਇਹਦੀ ਕਿਸ ਬੰਦੇ ਦੀ ਸ਼ਹਿਰ ਸੀ ਜਿਹੜੀ ਇਹਦੇ ਆਧਾਰ 'ਤੇ ਇਹਨੇ ਮਤਲਬ ਕਿ ਮੁਲਾਜ਼ਮਾਂ ਨਾਲ ਇਹ ਜਿਹਾ ਵਿਹਾਰ ਕੀਤਾ ਔਰ ਆਮ ਪਬਲਿਕ ਦੇ ਵਿੱਚ ਇਹਨੇ ਜਿਹੜਾ ਮੁਲਾਜ਼ਮਾਂ ਦੀ ਬੇਇੱਜ਼ਤੀ ਕਰ ਦਿੱਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਹਰ ਗੇਟ ਦੇ ਉੱਤੇ ਵਿਦਿਆਰਥੀਆਂ ਦਾ ਚੱਲ ਰਿਹਾ ਪ੍ਰਦਰਸ਼ਨ ਅੱਜ ਸਮਾਪਤ ਹੋ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਹਿਮਤੀ ਬਣ ਗਈ ਹੈ। ਵੱਖ-ਵੱਖ ਜਥੇਬੰਦੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਵਾਂ ਗੇਟਾਂ ਤੇ ਪਿਛਲੇ ਕੁਝ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਲਈ ਦਾਖਲਾ ਕੋਟਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ 3 ਮੈਂਬਰ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਸਨ ਜੋ ਕਿ ਅੱਜ ਇਸ ਧਰਨਾ ਪ੍ਰਦਰਸ਼ਨ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਮੇਰਾ ਨਾਮ ਜਗਾਰ ਸਿੰਘ ਮੈਂ ਵਿਦਿਆਰਥੀ ਜਥੇਬੰਦੀ ਸਾਹਿਬ ਦਾ ਕਨਵੀਨਰ ਹਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ PhD ਰਿਸਰਚ ਸਕਾਲਰ ਹਾਂ। ਜਿਹੜਾ ਇਹ ਸਾਡਾ ਮੋਰਚਾ ਲੱਗਾ ਸੀ ਇਹਦੀਆਂ ਦੋ ਮੁੱਖ ਰੂਪ 'ਚ ਮੰਗਾਂ ਸੀ ਕਿ ਪੇਂਡੂ ਖੇਤਰ ਵਾਸਤੇ, ਸਰਹੱਦੀ ਖੇਤਰ ਵਾਸਤੇ ਅਤੇ 1984 ਪੀੜਿਤ ਪਰਿਵਾਰਾਂ ਨਾਲ ਸੰਬੰਧਿਤ ਬੱਚਿਆਂ ਵਾਸਤੇ 2017-18 ਤੱਕ ਰਿਜ਼ਰਵੇਸ਼ਨ ਰਹੀ 12%, ਜਿਹੜਾ ਪੇਂਡੂ ਖੇਤਰ ਨੂੰ 7 ਅਤੇ ਜਿਹੜਾ ਸਰਹੱਦੀ ਖੇਤਰ ਨੂੰ 3% ਰਿਜ਼ਰਵੇਸ਼ਨ ਮਿਲਦੀ ਸੀ ਕਿ ਉਹਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਹਰ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੀਸ ਸਟ੍ਰਕਚਰ ਦੇ ਵਿੱਚ ਜਿਹੜਾ 5% ਵਾਧਾ ਹੁੰਦਾ ਆ ਉਹਨੂੰ ਵਾਪਸ ਲਿਆ ਜਾਵੇ। ਸੋ ਜਿਹੜਾ ਮੋਰਚਾ ਆ ਦੋ ਟੀਅਰ 'ਤੇ ਚੱਲ ਰਿਹਾ। ਪਹਿਲਾਂ ਤਾਂ ਯੂਨੀਵਰਸਿਟੀ ਅੱਗੇ ਡਿਮਾਂਡ ਆ ਕਿ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਦੇ ਪੱਧਰ ਤੇ 10% ਵਾਧੂ ਸੀਟਾਂ ਕ੍ਰੀਏਟ ਕਰਕੇ ਪੇਂਡੂ ਖੇਤਰ ਨੂੰ ਦੇ ਰਹੀ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਉਹ ਸੀਟਾਂ ਦੇਵੇ। ਤੇ ਦੂਸਰੀ ਡਿਮਾਂਡ ਆ ਜਿਹੜੀ ਉਹ ਹੈ ਕਿ ਤੁਸੀਂ ਫੀਸਾਂ ਦਾ ਵਾਧਾ ਰੋਕੋ। ਪੰਜਾਬ ਸਰਕਾਰ ਅੱਗੇ ਸਾਡੀ ਇਹ ਡਿਮਾਂਡ ਆ ਕਿ ਜੋ 2017-18 ਤੱਕ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਦੇ ਮੁਤਾਬਕ 7% ਸਰਹੱਦੀ ਖੇਤਰ, 3% ਜਿਹੜਾ ਸਰਹੱਦੀ ਖੇਤਰ, 7% ਪੇਂਡੂ ਖੇਤਰ ਤੇ 2% ਰੈੱਡ ਕਾਰਡ ਹੋਲਡਰਾਂ ਨੂੰ ਜਿਹੜਾ ਕੋਟਾ ਮਿਲਦਾ ਸੀ ਪੰਜਾਬ ਸਰਕਾਰ ਨੂੰ ਮੁੜ ਬਹਾਲ ਕਰੇ, ਕਿਉਂਕਿ ਇਹ ਕਹਿੰਦੇ ਰਹੇ ਆ ਕਿ ਸਾਡੀ ਸਰਕਾਰ ਪਿੰਡਾਂ ਤੋਂ ਚੱਲੂਗੀ ਤੋਂ ਜਿਹੜਾ ਪਿੰਡਾਂ ਵਾਲਿਆਂ ਦਾ ਕੋਟਾ ਪਿਛਲੀਆਂ ਸਰਕਾਰਾਂ ਨੇ ਖਤਮ ਕੀਤਾ ਆ ਉਹਨੂੰ ਮੁੜ ਬਹਾਲ ਕਰੇ। ਤੇ ਦੂਸਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਹੜੀ ਆ ਬਹੁਤ ਥੋੜੀ ਗ੍ਰਾਂਟ ਦਿੱਤੀ ਜਾ ਰਹੀ ਆ। ਇੱਥੇ 40 ਕਰੋੜ ਸਾਲਾਨਾ ਮਿਲਦਾ ਹੈ, ਉੱਥੇ 350 ਕਰੋੜ ਮਿਲਦਾ ਆ।
ਕਿ ਜਿਹੜਾ 300 ਕਰੋੜ ਦਾ ਡਿਫਰੈਂਸ ਆ ਇਹਨੂੰ ਖਤਮ ਕੀਤਾ ਜਾਵੇ ਤਾਂ ਜੋ ਦੋਵਾਂ ਯੂਨੀਵਰਸਿਟੀਆਂ ਦੀ ਜਿਹੜੀ ਫੀਸ ਆ ਬਰਾਬਰ ਹੋ ਸਕੇ। ਸੋ ਇਹਦੇ ਵਿੱਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੀ ਪਹਿਲੀ ਮੰਗ ਮੰਨੀ ਆ ਕਿ ਉਹ ਆਪਦੇ ਪੱਧਰ ਤੇ 10-20 ਸੀਟਾਂ ਗ੍ਰੇਡ ਕਰਨ ਦੇ ਲਈ ਤਿਆਰ ਨੇ, ਤੇ ਜਿਹੜੀ ਦੂਸਰੀ ਡਿਮਾਂਡ ਦੇ ਉੱਤੇ ਉਹਨਾਂ ਇਹ ਕਿਹਾ ਆ ਕਿ ਵਿਦਿਆਰਥੀਆਂ ਦੇ ਨਾਲ ਇੱਕ ਸਾਂਝੀ ਕਮੇਟੀ ਬਣਾਈ ਜਾਊਗੀ। ਸੋ ਇਹਦੇ ਉੱਪਰ ਹੁਣ ਵਿਦਿਆਰਥੀ ਕਿਤੇ ਬੰਨੀਆਂ ਬੈਠ ਕੇ ਕੁਛ ਘੰਟੇ ਡੇਢ ਘੰਟੇ ਬਾਅਦ ਮੀਟਿੰਗ ਕਰਨਗੀਆਂ ਕਿ ਜਿਹੜਾ ਅੱਗੇ ਸੰਘਰਸ਼ ਆ ਉਹ ਕਿਸ ਰੂਪ ਵਿੱਚ ਚਲਾਇਆ ਜਾਊਗਾ। ਧੰਨਵਾਦ।